ਫਾਜ਼ਿਲਕਾ ਸੈਕਟਰ ਵਿਖੇ ਸਥਿਤ PSF ਦੀ 169 ਬਟਾਲੀਅਨ ਦੇ ਜਵਾਨਾਂ ਨੇ ਬੀਤੀ ਰਾਤ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਗਿਰਾਇਆ ਅਤੇ ਇੱਕ ਨੂੰ ਕਾਬੂ ਕੀਤਾ। ਮੌਕੇ ਤੇ PSF ਨੂੰ 8 ਪੈਕੇਟ ਹੈਰੋਇਨ ਦੇ ਬਰਾਮਦ ਹੋਏ ਨੇ ਅਤੇ ਇਸ ਤੋਂ ਇਲਾਵਾ ਇੱਕ 7.63 MM ਦੀ ਪਿਸਤੌਲ ਅਤੇ 2 ਮੈਗਜ਼ੀਨ ਅਤੇ 7 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਨੇ। ਫਾਜ਼ਿਲਕਾ ਵਿਖੇ PSF ਦੀ 169 ਬਟਾਲੀਅਨ ਦੇ ਹੈੱਡਕੁਆਰਟਰ ਵਿਖੇ ਅੱਜ ਦੁਪਹਿਰ ਆਯੋਜਿਤ ਪੱਤਰਕਾਰ ਸੰਮੇਲਨ ਦੇ ਵਿੱਚ ਅਬੋਹਰ ਰੇਂਜ ਜਿਸ ਦੇ ਤਹਿਤ ਫਾਜ਼ਿਲਕਾ ਸੈਕਟਰ ਆਉਂਦਾ ਹੈ ਦੇ DIG ਮਧੂਸੂਦਨ ਸ਼ਰਮਾ ਨੇ ਦੱਸਿਆ ਕਿ PSF ਦੇ ਵੱਲੋਂ ਸਮਗਲਰਾਂ ਅਤੇ ਗੈਰ ਸਮਾਜੀ ਅਨਸਰਾਂ ਦੇ ਖਿਲਾਫ਼ ਚਲਾਈ ਮੁਹਿੰਮ ਦੇ ਤਹਿਤ ਬੀਤੀ ਰਾਤ ਕਰੀਬ 11:30 ਵਜੇ PSF ਦੀ 169 ਬਟਾਲੀਅਨ ਦੇ ਜਵਾਨਾਂ ਨੇ ਭਾਰਤ ਪਾਕ ਅੰਤਰਰਾਸ਼ਟਰੀ ਸਰਹੱਦ ਤੇ ਸਥਿਤ ਨਿਰੀਖਣ ਚੌਂਕੀ ਜਗਨਨਾਥ ਨੇੜੇ ਸ਼ੱਕੀ ਪਾਕਿਸਤਾਨੀ ਸਮਗਲਰਾਂ ਦੀ ਹਲਚਲ ਵੇਖੀ। ਜਦੋਂ ਪਾਕਿਸਤਾਨੀ ਸਮਗਲਰ ਸਰਹੱਦ ਤੇ ਕੰਡੇਦਾਰ ਤਾਰ ਦੇ ਨੇੜੇ ਸਮਗਲਿੰਗ ਦੇ ਮੰਤਵ ਦੇ ਨਾਲ ਪਹੁੰਚੇ ਤਾਂ PSF ਦੇ ਜਵਾਨਾਂ ਨੇ ਉਹਨਾਂ ਰੁਕਣ ਦੀ ਚੇਤਾਵਨੀ ਦਿੱਤੀ, ਪਰ ਸਮਗਲਰਾਂ ਨੇ PSF ਦੇ ਜਵਾਨਾਂ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਆਪਣੇ ਬਚਾਓ ਵਜੋਂ PSF ਦੇ ਜਵਾਨਾਂ ਨੇ ਫਾਇਰਿੰਗ ਕੀਤੀ। ਫਾਇਰਿੰਗ ਦੇ ਦੌਰਾਨ ਇੱਕ ਸਮਗਲਰ ਦੇ ਸੱਜੇ ਪੈਰ ਵਿੱਚ ਗੋਲੀ ਲੱਗੀ, ਜਿਸ ਨੂੰ ਮੌਕੇ ਤੇ ਫੜ ਲਿਆ ਗਿਆ। ਇੱਕ ਹੋਰ ਸਮਗਲਰ ਜਿਸ ਨੂੰ ਗੋਲੀ ਲੱਗੀ ਸੀ, ਹਨੇਰੇ ਦਾ ਫਾਇਦਾ ਚੁੱਕ ਕੇ ਪਾਕਿਸਤਾਨ ਦੀ ਸੀਮਾ ਦੇ ਵਿੱਚ ਵੜਨ ਦੇ ਵਿੱਚ ਕਾਮਯਾਬ ਹੋ ਗਿਆ, ਪਰ 0 ਲਾਈਨ ਪਾਰ ਕਰਦੇ ਉਹ ਮਰ ਗਿਆ। ਪਾਕਿਸਤਾਨੀ ਰੇਂਜਰਸ ਨੇ ਉਸਦੀ ਲਾਸ਼ ਨੂੰ ਉੱਥੋਂ ਹਟਾ ਦਿੱਤਾ। ਜਗਨਨਾਥ ਜੋ ਕਿ 169 ਬਟਾਲੀਅਨ ਫਾਜ਼ਿਲਕਾ ਕੇ ਅੰਦਰ ਆਤੀ ਹੈ, ਵਹਾਂ ਪਰ ਐਂਬੂਸ਼ਸ ਮੇਂ ਹਮਾਰੇ ਜਵਾਨੋਂ ਨੇ ਕੁਛ ਹਰਕਤ ਨੋਟ ਕਰੀ ਔਰ ਆਪਣੇ ਸਾਥੀਓਂ ਕੋ ਵੀ ਅਲਰਟ ਕੀਆ ਉਹਨਾਂ ਜਬ ਉਹ ਦੋ ਆਦਮੀ ਥੇ ਵੋ ਜੋ ਕਿ ਪਾਕਿਸਤਾਨ ਸੇ ਆਏ ਥੇ, ਜਬ ਉਹਨਾਂ ਨੇ ਕੁਛ ਪੈਕੇਟਸ ਫੈਂਕਨੇ ਕੀ ਕੋਸ਼ਿਸ਼ ਕਰੀ ਤੋ ਹਮਾਰੇ ਜਵਾਨੋਂ ਨੇ ਉਨਕੋ ਲਲਕਾਰਾ ਚੈਲੇਂਜ ਪੁਕਾਰਾ ਉਨਕੋ ਜਿਸਪੇ ਉਹਨਾਂ ਨੇ ਹਮਾਰੇ ਜਵਾਨੋਂ ਕੇ ਉੱਪਰ ਫਾਇਰਿੰਗ ਸ਼ੁਰੂ ਕਰ ਦੀ। ਰਿਟੈਲੀਏਸ਼ਨ ਮੇਂ ਹਮਾਰੇ ਜਵਾਨੋਂ ਨੇ ਵੀ ਫਾਇਰ ਕੀਆ ਜਿਸਮੇ ਦੋਨੋਂ ਨੇ ਵਾਪਸ ਭਾਗਨੇ ਕੇ ਲੀਏ ਕੋਸ਼ਿਸ਼ ਕਰੀ ਉਹਨਾਂ ਨੇ ਔਰ ਜਬ ਏਰੀਆ ਸਰਚ ਕੀਆ ਗਿਆ ਤੋ ਗੇਹੂੰ ਕੀ ਖੇਤੀ ਮੇਂ ਕੁਛ ਦੂਰੀ ਪੇ ਇੱਕ ਜ਼ਖਮੀ ਹਾਲਤ ਮੇਂ ਪਾਇਆ ਗਿਆ ਜਿਸਕੋ ਹਮਨੇ ਉਠਾ ਕੇ ਫਾਜ਼ਿਲਕਾ ਹੋਸਪਿਟਲ ਪਹੁੰਚਾਇਆ ਹੈ ਔਰ ਦੂਸਰਾ ਜੋ ਭਾਗ ਗਿਆ ਥਾ ਜਿਸਕੇ ਪੈਰੋਂ ਕੇ ਨਿਸ਼ਾਨ IB ਕੇ ਪਾਰ ਨਜ਼ਰ ਆ ਰਹੇ ਥੇ IB ਕੀ ਤਰਫ ਜਾਤੇ ਹੋਏ ਉਹ ਸੁਬਹ ਲਗਭਗ IB ਸੇ 60 ਔਰ 80 ਮੀਟਰ ਕੇ ਅੰਦਰ ਪਾਕਿਸਤਾਨ ਮੇਂ ਉਸਕੀ ਡੈਡ ਬੋਡੀ ਪਾਈ ਗਈ ਜਿਸੇ ਕਿ ਪਾਕਿਸਤਾਨੀ ਰੇਂਜਰਸ ਸੁਬਹ ਉਠਾ ਕੇ ਲੈ ਗਏ ਹੈ। ਇਸ ਪੂਰੇ ਓਪਰੇਸ਼ਨ ਕੋ ਜਿਸਮੇ ਹਮਾਰੇ ਸਤਰਕ ਜਵਾਨੋਂ ਨੇ ਬੜੀ ਬਹਾਦਰੀ ਦਲੇਰੀ ਔਰ ਸਮਝਦਾਰੀ ਸੇ ਅੰਜਾਮ ਦਿਆ ਹੈ। ਇਸਮੇ ਲਗਭਗ 9 ਪੈਕੇਟਸ ਸਸਪੈਕਟਡ ਹੈਰੋਇਨ ਜੋ ਕਿ 9 KG ਕੇ ਬਰਾਬਰ ਹੈ, ਇੱਕ 7.63 ਪਿਸਟਲ ਹੈ, 2 ਮੈਗਜ਼ੀਨਸ, 7 ਜ਼ਿੰਦਾ ਰਾਊਂਡ ਔਰ ਇੱਕ ਖਾਲੀ ਕੇਸ ਮਿਲਾ ਹੈ, ਇੱਕ ਇੰਜਰਡ ਜੋ ਕਿ ਹਮਾਰੀ ਕਸਟਡੀ ਮੇਂ ਹੈ ਯਹਾਂ ਸਿਵਲ ਹੋਸਪਿਟਲ ਮੇਂ ਔਰ ਇੱਕ ਡੈਡ ਬੋਡੀ ਜੋ ਕਿ ਪਾਕਿਸਤਾਨ ਮੇਂ ਮਿਲੀ ਹੈ ਜਿਸਕੋ ਰੇਂਜਰਸ ਉਠਾ ਕੇ ਲੈ ਗਏ ਹੈ। ਫਾਜ਼ਿਲਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ, KTV।